ਕਬਨਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਤੁਹਾਡੇ ਨਾਲ ਬਰुण ਕੌਰ ਬਾਨ ਪਹਿਲਾ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨਾਲ ਲਈ ਵੀਜ਼ਾ ਉਡੀਕ ਸਮਾਂ ਨੂੰ ਘਟ ਕਰਨ ਦੇ ਹੁਕਮ ਕੀਤੇ ਜਾਰੀ ਅਮਰੀਕਾ ਚ ਵੱਡੇ ਚੋਰੀ ਦੇ ਮਾਮਲੇ ਪੁਲਿਸ ਨੇ ਪ੍ਰਵਾਸੀ ਡਕੈਤੀ ਦਸਤੇ ਪ੍ਰਤੀ ਕੀਤਾ ਸਾਵਧਾਨ ਨਵੇਂ ਵੀਜ਼ਾ ਨਿਯਮਾਂ ਨੂੰ ਬਦਲਣ ਦੇ ਲਈ ਉਦਮੀ ਵਧਾ ਰਹੇ ਦਬਾਅ ਬ੍ਰਿਟੇਨ ਸਰਕਾਰ ਦੀ ਵੱਡੀ ਮੁਸੀਬਤ ਵਿਦੇਸ਼ਾਂ ਤੋਂ ਪੈਸੇ ਘਰ ਭੇਜਣ ਵਿੱਚ ਭਾਰਤੀਆਂ ਨੇ ਬਣਾਇਆ ਰਿਕਾਰਡ ਹੁਣ ਤੱਕ ਭੇਜੇ ਨੇ 29 ਮਿਲੀਅਨ ਡਾਲਰ ਕੈਨੇਡਾ ਦੇ ਚਾਰ ਪੰਜਾਬੀਆਂ ਦੀ ਭਾਲ ਵਿੱਚ ਜੁਟਿਆ ਕੈਨੇਡੀਅਨ ਪੁਲਿਸ ਦੱਸਾਂਗੇ ਪੂਰਾ ਮਾਮਲਾ ਵਿਸਥਾਰ ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਪੜਾਈ ਕਰਨ ਅਤੇ ਰਹਿਣ ਦੇ ਮਾਮਲੇ ਦੇ ਵਿੱਚ ਅਮਰੀਕਾ ਭਾਰਤੀਆਂ ਦੀ ਪਹਿਲੀ ਪਸੰਦ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਭਾਰਤੀਆਂ ਨੂੰ ਅਮਰੀਕਾ ਦੇ ਵੀਜ਼ੇ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਨਵਾਂ ਆਦੇਸ਼ ਇਸ ਮਾਮਲੇ 'ਚ ਰਾਹਤ ਦੇਣ ਵਾਲਾ ਹੈ ਬਾਈਡਨ ਨੇ ਹੁਕਮ ਦਿੱਤਾ ਹੈ ਕਿ ਅਮਰੀਕਾ ਭਾਰਤ ਵਿੱਚ ਵੀਜ਼ਾ ਉਡੀਕ ਸਮਾਂ ਘਟਾਏਗਾ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਨੇ ਇਹ ਗੱਲਾਂ ਕਹੀਆਂ ਨੇ ਵੀਜ਼ਾ ਮੁਲਾਕਾਤਾਂ ਅਤੇ ਉਡੀਕ ਸਮੇਂ ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਵੀਜ਼ਾ ਲਈ ਉਡੀਕ ਸਮਾਂ ਘਟਾਉਣ ਦੇ ਆਦੇਸ਼ ਦਿੱਤੇ ਨੇ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਕਿਸੇ ਦੇਸ਼ ਨੂੰ ਇਸ ਮਾਮਲੇ ਤੇ ਗੌਰ ਕਰਨ ਦੇ ਲਈ ਕਿਹਾ ਹੈ ਗਰਸੇਟੀ ਨੇ ਵੀ ਕਿਹਾ ਹੈ ਕਿ ਗ੍ਰੀਨ ਕਾਰਡ ਬੈਕਲੌਗ ਦਾ ਮੁੱਦਾ ਵੀ ਵੱਡੀ ਸਮੱਸਿਆ ਹੈ ਅਤੇ ਇਸ ਨੂੰ ਜਲਦੀ ਹੱਲ ਕਰ ਲਿਆ ਜਾਏਗਾ ਉਹਨਾਂ ਨੇ ਅੱਗੇ ਦੱਸਿਆ ਕਿ ਇਹ ਫੈਸਲਾ ਕਈ ਵੀਜ਼ਾ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ ਇਸ ਹੁਕਮ ਦੇ ਨਾਲ ਉਡੀਕ ਸਮਾਂ 75% ਤੱਕ ਘਟ ਜਾਏਗਾ ਅਮਰੀਕੀ ਰਾਸ਼ਦੂਤ ਨੇ ਕਿਹਾ ਕਿ ਚਾਹੇ ਗੱਲ ਪਰਵਾਸੀਆਂ ਦੀ ਹੋਏ ਗ੍ਰੀਨ ਕਾਰਡ ਜਾਂ ਸਥਾਈ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਹੋਏ ਸਾਰੇ ਦੇਸ਼ਾਂ ਵਾਂਗ ਅਮਰੀਕਾ ਵਿੱਚ ਵੀ ਕਿਸੇ ਵੀ ਕੰਮ ਦੇ ਲਈ ਕੁਝ ਵਿਧਾਨਕ ਸਿਵਾਵਾਂ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਮਾਪਦੰਡ ਭਾਰਤੀਆਂ ਲਈ ਨਿਰਾਸ਼ਾਜਨਕ ਨੇ ਕਿਉਂਕਿ ਇੱਥੇ ਬਹੁਤ ਸਾਰੇ ਭਾਰਤੀ ਨੇ ਜੋ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ਤੇ ਹੈ ਸਾਲ 2023 ਵਿੱਚ 245000 ਤੋਂ ਵੱਧ ਭਾਰਤੀ ਵਿਦਿਆਰਥੀ ਵੀ ਦਾ ਲੈ ਕੇ ਅਮਰੀਕਾ ਆਏ ਸੀ ਉਹਨਾਂ ਨੇ ਅੱਗੇ ਕਿਹਾ ਕਿ ਅਮਰੀਕਾ ਨੇ ਪੂਰੇ ਭਾਰਤ ਵਿੱਚ ਵੀਜ਼ਾ ਜਾਰੀ ਕਰਨ ਵਿੱਚ 60% ਦੀ ਵਾਧਾ ਕੀਤਾ ਹੈ ਅਤੇ ਉਡੀਕ ਸਮੇਂ ਦੇ ਵਿੱਚ 75% ਦੀ ਕਮੀ ਕੀਤੀ ਹੈ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਵੀਜ਼ਾ ਦੀ ਸਮਾਂ ਸੀਮਾ ਵਿੱਚ 75% ਦੀ ਕਟੌਤੀ ਦੇ ਬਾਵਜੂਦ 250 ਦਿਨਾਂ ਦਾ ਇੰਤਜ਼ਾਰ ਕਿਉਂ ਹੈ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਭਾਰਤ ਵਿੱਚ ਵੀਜ਼ਾ ਉਡੀਕ ਸਮਾਂ ਘਟਾਉਣ ਦੇ ਹੁਕਮ ਦਿੱਤੇ ਨੇ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਰਾਸ਼ਟਰਪਤੀ ਨੇ ਕਿਸੇ ਦੇਸ਼ ਦੇ ਰਾਜਦੂਤ ਨੂੰ ਅਜਿਹਾ ਕਿਹਾ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਦੇ ਲਈ ਇੱਕ ਵੱਡੀ ਤਰਜੀਹ ਹੈ ਅਤੇ ਇਸ ਦੇ ਲਈ ਡੈਮੋਕ੍ਰੇਟਸ ਰਿਪਬਲਿਕਨ ਅਤੇ ਆਜ਼ਾਦ ਲੋਕਾਂ ਨੂੰ ਇਕੱਠੇ ਆਉਣ ਦੀ ਲੋੜ ਹੋਏਗੀ ਅਮਰੀਕਾ ਵਿਖੇ ਆਕਲੈਂਡ ਕਾਉਂਟੀ ਵਿੱਚ ਉੱਚ ਸ਼੍ਰੇਣੀ ਦੇ ਘਰਾਂ ਵਿੱਚ ਚੋਰੀਆਂ 'ਚ ਵਾਧਾ ਹੋਇਆ। ਹਾਲ ਦੇ ਮਹੀਨਿਆਂ 'ਚ ਇਸ ਸੰਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ। ਇਸ ਮਗਰੋਂ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਇਹਨਾਂ ਚੋਰੀਆਂ ਦੇ ਪਿੱਛੇ ਪ੍ਰਵਾਸੀ ਡਕੈਤੀ ਦਸਤੇ ਸ਼ਾਮਲ ਹੋਣ ਦਾ ਲੋਕਾਂ ਨੂੰ ਸ਼ੱਕ ਜਤਾਇਆ ਹੈ, ਖਦਸ਼ਾ ਜਤਾਇਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਕ ਆਕਲੈਂਡ ਕਾਉਂਟੀ ਦੇ ਸ਼ੈਰਿਫ ਨੇ ਇੱਕ ਬਿਆਨ ਚੁਕਾਇਆ ਹੈ ਕਿ ਜ਼ਿਆਦਾਤਰ ਚੋਰ ਸਮੂਹਾਂ ਦੇ ਵਿੱਚ ਆਉਂਦੇ ਨੇ ਅਤੇ ਉਹ ਬੈਕਪੈਕ ਵਾਲੀਆਂ ਟੀਮਾਂ ਵਿੱਚ ਆਉਂਦੇ ਨੇ ਹਰੇਕ ਬੈਕਪੈਕ ਵਿੱਚ ਇੱਕ ਵੱਖਰਾ ਟੂਲ ਸੈੱਟ ਹੁੰਦਾ ਹੈ ਉਹ ਯੋਜਨਾਬੱਧ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੰਦੇ ਨੇ ਜੇਕਰ ਤੁਹਾਡੇ ਕੋਲ ਅਲਾਰਮ ਹੈ ਤਾਂ ਇਸ ਦੀ ਵਰਤੋਂ ਕਰੋ 4 ਅਪ੍ਰੈਲ ਤੋਂ ਬ੍ਰਿਟੇਨ ਦੇ ਵਿੱਚ ਭਾਰਤੀਆਂ ਲਈ ਨਵੇਂ ਵੀਜ਼ਾ ਨਿਯਮਾਂ ਦੇ ਖਿਲਾਫ ਉਦਮੀ ਇਕਜੁੱਟ ਹੋ ਰਹੇ ਨੇ ਲਗਭਗ 200 ਉਦਮੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੂੰ ਕਿਹਾ ਕਿ ਮੱਧ ਪੱਧਰ ਦੇ ਹੁਨਰਮੰਦ ਵੀਜ਼ਿਆਂ ਤੇ ਤਨਖਾਹ ਸੀਮਾ ਵਧਾਉਣ ਦੇ ਨਾਲ ਲਗਭਗ 10 ਲੱਖ ਭਾਰਤੀ ਆਰਥਿਕਤਾ ਤੋਂ ਬਾਹਰ ਹੋ ਜਾਣਗੇ ਇਸ ਤੋਂ 366 ਲੱਖ ਕਰੋੜ ਰੁਪਏ ਵਾਲੀ ਬ੍ਰਿਟੇਨ ਦੀ ਆਰਥਿਕਤਾ ਦੇ ਦੀ ਸਿਫਿਤੀ ਤੋਂ ਵੱਧ ਡਿਗਣ ਦੀ ਉਮੀਦ ਹੈ ਸੱਤਾ ਤਾਰਿਕ ਅੰਦਰ ਵਿੱਟੇ ਪਾਰਟੀ ਨਾਲ ਜੁੜੇ ਇੱਕ ਉੱਗੇ ਕਾਰੋਬਾਰੀ ਨੇ ਇੱਕ ਭਾਰਤ ਦੇਸ਼ ਦੀ ਅਖਬਾਰ ਨੂੰ ਦੱਸਿਆ ਹੈ ਕਿ ਸਰਕਾਰ ਇਹ ਮੰਨ ਰਹੀ ਹੈ ਕਿ ਮੱਧ ਪੱਧਰੀ ਨੌਕਰੀਆਂ ਸਥਾਨਕ ਗੋਰੇ ਲੋਕਾਂ ਦੇ ਹੱਥ ਲੱਗ ਜਾਣਗੀਆਂ ਪਰ ਜ਼ਮੀਨੀ ਹਕੀਕਤ ਇਸ ਤੋਂ ਵੱਖਰੀ ਹੈ ਮੱਧ ਪੱਧਰ ਦੀਆਂ ਨੌਕਰੀਆਂ ਤੇ ਭਾਰਤੀ ਹਾਵੀ ਨੇ ਸਾਰਾ ਸਿਸਟਮ ਰਾਤੋਂ ਰਾਤ ਬਦਲਣ ਵਾਲਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੁਨਕ ਸਰਕਾਰ ਨੂੰ ਇਹ ਫੈਸਲੇ ਵਾਪਸ ਲੈਣਾ ਪਾਏਗਾ ਲੰਡਨ ਦੇ ਮੇਅਰ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਵਿਕਾਸ ਵਿੱਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ ਸੁਨਕ ਸਰਕਾਰ ਸਿਰਫ ਭਾਰਤੀਆਂ ਦੀ ਬੋਡੀ ਹੇਠਾਂ ਖਿੱਚਣ ਦਾ ਕੰਮ ਕਰ ਰਹੀ ਹੈ ਪਰ ਬ੍ਰਿਟੇਨ ਨੂੰ ਇਸ ਤੋਂ ਵੀ ਵੱਡਾ ਨੁਕਸਾਨ ਚੱਲਣਾ ਪੈ ਰਿਹਾ ਹੈ ਪ੍ਰਵਾਸੀਆਂ ਨੇ ਬ੍ਰਿਟੇਨ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ ਹਰ ਖੇਤਰ ਵਿੱਚ ਭਾਰਤੀਆਂ ਦੀ ਮੌਜੂਦਗੀ ਦਿਖਾਈ ਦੇ ਰਹੀ ਹੈ ਮੱਧ ਪੱਧਰੀ ਨੌਕਰੀਆਂ ਬ੍ਰਿਟੇਨ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਨੇ ਪਿਛਲੇ 50 ਸਾਲਾਂ ਦੌਰਾਨ ਪ੍ਰਵਾਸੀਆਂ ਨੇ ਇਸ ਨੂੰ ਸ਼ਿੰਗਾਰਿਆ ਹੈ ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਸ਼ੈਡੋ ਮੰਤਰੀ ਨੇ ਦੱਸਿਆ ਕਿ ਜੇਕਰ ਅਸੀਂ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਚੋਣਾਂ 'ਚ ਸੱਤਾ ਚਾਹੁੰਦੇ ਹਾਂ ਤਾਂ ਮੱਧ ਪੱਧਰੀ ਨੌਕਰੀਆਂ ਜਿਵੇਂ ਨਰਸਾਂ ਅਧਿਆਪਕਾਂ ਤੇ ਸ਼ੈਫਾਂ ਨੂੰ ਵੀਜ਼ਾ ਲਈ ਤਨਖਾਹ ਹੱਦ ਨੂੰ ਵਾਪਸ ਸਲਾਨਾ 27,50,000 ਰੁਪਏ ਤੇ ਵਾਪਸ ਲਿਆਂਦਾ ਜਾਏਗਾ ਇਸ ਦੇ ਲਈ ਲੇਬਰ ਪਾਰਟੀ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਇਸ ਦੇ ਵਿੱਚ ਬਰਤਾਨੀਆਂ ਚ ਭਾਰਤੀਆਂ ਤੋਂ opinion polling ਕੀਤੀ ਜਾ ਰਹੀ ਹੈ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਘਰ ਪੈਸੇ ਭੇਜਣ ਦੇ ਮਾਮਲੇ ਦੇ ਵਿੱਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਭਾਰਤੀਆਂ ਨੇ ਦਸੰਬਰ ਤਿਮਾਹੀ ਵਿੱਚ ਰੇਮਿਟੈਂਸ ਨਹੀਂ 29 ਬਿਲੀਅਨ ਡਾਲਰ ਜਿਹੜੇ ਨੇ ਭੇਜੇ ਨੇ ਰਿਜ਼ਰਵ ਬੈਂਕ ਦੇ ਦੁਆਰਾ ਪ੍ਰਕਾਸ਼ਿਤ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ ਦਸੰਬਰ 2023 ਨੂੰ ਖਤਮ ਹੋਏ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਵਿੱਚ ਸ਼ੁੱਧ ਇਨਵਾਰਡ ਰੇਮਿਟੈਂਸ 29 ਬਿਲੀਅਨ ਡਾਲਰ ਇਸ ਦੇ ਅੰਕੜੇ ਭੁਗਤਾਨ ਸੰਤੁਲਨ ਦੇ ਚਾਲੂ ਖਾਤੇ ਵਿੱਚ ਪ੍ਰਾਈਵੇਟ ਟ੍ਰਾਂਸਫਰ ਸ਼੍ਰੇਣੀ ਦੇ ਕਿਤੇ ਗਏ ਵਿਦੇਸ਼ੀ ਰੈਮਿਟੈਂਸ ਨੂੰ ਕਰੇਲੂ ਆਰਥਿਕਤਾ ਦੇ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ ਵਿਦੇਸ਼ੀ ਰੈਮਿਟੈਂਸ ਐਨ ਆਰ ਆਈ ਡਿਪੋਜ਼ਿਟ ਤੋਂ ਵੱਖਰੇ ਨੇ ਇਸ ਦੇ ਵਿੱਚ ਉਹਨਾਂ ਪੈਸਿਆਂ ਨੂੰ ਰੱਖਿਆ ਜਾਂਦਾ ਹੈ ਜੋ ਹੋਰਾਂ ਦੇਸ਼ਾਂ ਚ ਰਹਿਣ ਵਾਲੇ ਭਾਰਤੀ ਭਾਰਤ ਨੂੰ ਭੇਜਦੇ ਨੇ ਇਸ ਦੇ ਨਾਲ ਦੇ ਦੇਸ਼ ਤੇ ਚਾਲੂ ਖਾਤੇ ਦੇ ਘਾਟੇ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਦਸੰਬਰ ਤਿमाही ਵਿੱਚ ਵਿਦੇਸ਼ੀ ਰੈਮੀਟੈਂਸ ਵਿੱਚ ਆਈ ਇਸ ਤੇਜ਼ੀ ਦਾ ਮੁੱਖ ਕਾਰਨ ਐਫਸੀਐਨਆਰ ਵਿੱਚ ਲਗਾਤਾਰ ਵਧ ਰਿਹਾ ਰਿਟਰਨ ਹੈ ਐਫਸੀਐਨਆਰ ਵਿੱਚ ਰਿਟਰਨ ਜਵਾਦਾ ਹੋਣ ਨਾਲ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਲਈ ਜਮਾ ਰਕਮ ਜ਼ਿਆਦਾ ਆਕਰਸ਼ਕ ਹੋ ਜਾਂਦੀ ਹੈ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਦਸੰਬਰ ਤਿमाही ਵਿੱਚ ਪ੍ਰਾਪਤ ਹੋਏ 29 ਬਿਲੀਅਨ ਡਾਲਰ ਦਾ ਅੰਕੜਾ ਹੁਣ ਤੱਕ ਕਿਸੇ ਵੀ ਤਿमाही 'ਚ ਵਿਦੇਸ਼ਾਂ 'ਚ ਭੇਜੇ ਗਏ ਪੈਸੇ 'ਚ ਸਭ ਤੋਂ ਵੱਧ ਦਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1991 ਤੋਂ ਬਾਅਦ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਕਿਸੇ ਇੱਕ ਦਿਮਾਹੀ ਵਿੱਚ ਵਿਦੇਸ਼ ਭੇਜਣ ਦਾ ਸਭ ਤੋਂ ਵੱਡਾ ਅੰਕੜਾ ਇਹ ਭਾਰਤ ਸਾਲਾਂ ਤੋਂ ਪੈਸੇ ਭੇਜਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਵਿਸ਼ਵ ਬੈਂਕ ਦੇ ਅੰਕੜਿਆਂ ਦੇ ਅਨੁਸਾਰ ਸਾਲ 2023 ਵਿੱਚ ਭਾਰਤ ਨੂੰ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਪੈਸੇ ਤੋਂ 100 ਬਿਲੀਅਨ ਡਾਲਰ ਤੋਂ ਵੱਧ ਦੀ ਪ੍ਰਾਪਤੀ ਹੋਈ ਹੈ ਵਰਤਮਾਨ ਦੇ ਵਿੱਚ ਭਾਰਤ ਨੂੰ ਮਿਲਣ ਵਾਲੇ ਵਿਦੇਸ਼ੀ ਰੈਮਿਟੈਂਸ ਵਿੱਚ ਸਭ ਤੋਂ ਵੱਡਾ ਯੋਗਦਾਨ ਅਮਰੀਕਾ ਤੋਂ ਆ ਰਿਹਾ ਹੈ ਕੋਰੋਨਾ ਤੋਂ ਬਾਅਦ ਇੱਥੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਦੁਆਰਾ ਲਗਭਗ ਲਗਾਤਾਰ ਜ਼ਿਆਦਾ ਪੈਸੇ ਭੇਜੇ ਜਾ ਰਹੇ ਨੇ ਜਿਤਕੀ ਖਾੜੀ ਦੇਸ਼ਾਂ ਤੋਂ ਰੇਮਿਟੈਂਸ ਘਟਾ ਰਿਹਾ ਹੈ ਫੀਲ ਅਰिजिनल ਪੁਲਿਸ ਬ੍ਰੈਮਟਨ ਦੇ ਵਿੱਚ ਕੈਮਰੇਜ ਕੈਦ ਹੋਈ ਇੱਕ ਕਥਿਤ ਰੋੜ ਰੇਜ ਘਟਨਾ ਦੇ ਵਿੱਚ ਸ਼ਾਮਲ ਚਾਰ ਪੰਜਾਬੀਆਂ ਦੀ ਭਾਲ ਕਰ ਰਹੀ ਹੈ ਹੁਣ ਤੱਕ ਪੁਲਿਸ ਨੇ ਦੋ ਸ਼ੱਕੀਆਂ ਦੀ ਪਛਾਣ 28 ਸਾਲਾ ਆਕਾਸ਼ਦੀਪ ਸਿੰਘ 23 ਸਾਲਾ ਰਮਨਪ੍ਰੀਤ ਮਸੀ ਵਜੋਂ ਕੀਤੀ ਹੈ ਤੀਜੇ ਅਤੇ ਚੌਥੇ ਸ਼ੱਕੀ ਦੀ ਪਛਾਣ ਕੇਵਲ ਦੱਖਣੀ ਏਸ਼ੀਆਈ ਨੌਜਵਾਨ ਵਜੋਂ ਕੀਤੀ ਗਈ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਾਰ ਜਣੇ ਇੱਕ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਪੀਲ ਅਰिजिनल ਪੁਲਿਸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਨੂੰ ਲਗਭਗ 7:20 ਮਿੰਟ ਤੇ ਜਾ ਰਿਹਾ ਸੀ ਜਦੋਂ ਚਾਰ ਸ਼ੱਕੀਆਂ ਨੇ ਪੀੜਤ ਦੀ ਕਾਰ ਨੂੰ ਘੇਰ ਲਿਆ ਤੇ ਧਮਕਾਉਂਦੇ ਹੋਏ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਇਸ ਦੌਰਾਨ ਕਾਰ ਵਿੱਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸੀ ਦਰਅਸਲ ਪੀੜਤ ਗੌਰਵ ਛਾਬੜਾ ਨੇ ਸੀਟੀਵੀ న్యూਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੌਰ ਬਰਾਮ ਤੇ ਸਫ਼ਰ ਕਰ ਰਿਹਾ ਸੀ ਉਹ ਜਦੋਂ ਇੱਕ ਹੋਰ ਕਾਰ ਨੇ ਉਸ ਦਾ ਪਿੱਛਾ ਸ਼ੁਰੂ ਕੀਤਾ ਤੇ ਉਸ ਨੂੰ ਘੇਰ ਲਿਆ ਉਸ ਸਮੇਂ ਚਾਰ ਨੌ ਗੱਡੀ ਤੋਂ ਬਾਹਰ ਨਿਕਲੇ ਅਤੇ ਉਸਦੀ ਕਾਰ ਵੱਲ ਵਧੇ ਇਥੇ ਦੱਸਦੇ ਕਿ ਸਾਰੀ ਘਟਨਾ ਡੈਸ਼ ਕੈਮ ਦੇ ਵਿੱਚ ਰਿਕਾਰਡ ਹੋ ਗਈ ਅਤੇ ਇਸ ਘਟਨਾ ਨੂੰ ਛਾਪੜਾ ਨੇ ਆਪਣੇ ਫੋਨ ਵਿੱਚ ਵੀ ਰਿਕਾਰਡ ਕੀਤਾ ਛਾਪੜਾ ਮੁਤਾਬਕ ਸ਼ੱਕੀ ਵਿਅਕਤੀਆਂ ਚੋਂ ਇੱਕ ਨੇ ਉਸਤੇ ਅਗਲੇ ਬੰਪਰ ਅਤੇ ਹੈੱਡਲਾਈਟ ਨੂੰ ਲਾਪਤ ਮਾਰੀ ਜਦਕਿ ਇੱਕ ਹੋਰ ਨੇ ਉਹਨਾਂ ਪ੍ਰਤੀ ਪੰਜਾਬੀ ਭਾਸ਼ਾ ਵਿੱਚ ਅਪਮਾਨਜਨਕ ਸ਼ਬਦ ਕਹੇ ਅਤੇ ਦੋ ਵਾਰ ਉਹਨਾਂ ਦੀ ਬੰਦ ਕਰਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸਨੇ ਡਰਾਈਵਰ ਵਾਲੀ ਸਾਈਡ ਦਰਵਾਜ਼ੇ ਤੇ ਮੁੱਕਾ ਮਾਰਿਆ ਜਿਸ ਨਾਲ ਵਿੰਡਸ਼ੀਲਡ ਟੁੱਟ ਗਈ ਇਸ ਮਗਰੋਂ ਸਾਰੇ ਆਪਣੇ ਵਾਹਨ ਵਿੱਚ ਮੌਕੇ ਤੋਂ ਭੱਜ ਗਏ ਛਾਬੜਾ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਣਾ ਚਾਹੀਦਾ ਹੈ ਉੱਥੇ ਪੁਲਿਸ ਵੱਲੋਂ ਬ੍ਰੈਂਟਨ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਜੇ ਕੋਈ ਇਹਨਾਂ ਸ਼ੱਕੀਆਂ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹਨਾਂ ਨਾਲ ਤੁਰੰਤ ਸੰਪਰਕ ਕਰੇ ਕੈਨੇਡਾ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦ ਖਬਰ ਸਾਹਮਣੇ ਆਈ ਨੌਜਵਾਨ ਦੀ شناخت ਸ੍ਰੀ ਮੁਖਤਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਨਾਲ ਸੰਬੰਧਿਤ ਨਵਰਾਜ ਸਿੰਘ ਵਜੋਂ ਕੀਤੀ ਗਈ ਹੈ ਦੂਜੇ ਪਾਸੇ ਬ੍ਰੈਂਟਨ ਵਿਖੇ 28 ਸਾਲ ਦਾ ਚਰਨਜੀਤ ਸਿੰਘ ਜਿਹੜਾ ਹੈ ਉਸ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈਮਿਲਟਨ ਨੇੜਲੇ ਮਾਉਂਟ ਹੋਪਨਾਲ ਸੰਬੰਧਿਤ ਗੁੰਤਾਜ ਸਿੰਘ ਨੇ ਗੋ ਫੰਡਮੀ ਪੇਜ ਸਥਾਪਿਤ ਕਰਦਿਆਂ ਦੱਸਿਆ ਕਿ ਨਵਰਾਜ ਸਿੰਘ ਅਗਸਤ 2022 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਪਿਛਲੇ ਦਿਨੀ ਉਹ ਘਰੋਂ ਗਿਆ ਪਰ ਮੁੜਨਾ ਪੜਤਿਆ ਬਾਅਦ ਵਿੱਚ ਪੁਲਿਸ ਨੂੰ ਉਸਦੀ Laash ਹੈਮਿਲਟਨ ਦੇ ਨੇੜੇ ਮਿਲੀ ਦਰਖਤ ਨਾਲ ਲਟਕਦੀ ਹੋਈ ਕੈਨੇਡਾ ਵਿੱਚ ਨਵਰਾਜ ਸਿੰਘ ਦਾ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਹੈ ਜਿਸ ਤੇ ਮੱਦੇਨਜ਼ਰ ਉਸ ਦੀ ਦੇਹ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਪਰਿੰਗ ਬਰੂਕ অন্ਟਾਰੀਓ ਦੇ ਮਨਿੰਦਰਜੀਤ ਸਿੰਘ ਵੱਲੋਂ ਗੋ ਫੰਡ ਵੀ ਪੇਜ ਰਾਂਹੀ ਚਰਨਜੀਤ ਸਿੰਘ ਦੀਆਂ ਅੰਤਮ ਰਸਮਾਂ ਵਾਸਤੇ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਮਨਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚਰਨਜੀਤ ਸਿੰਘ ਰਾਤ ਨੂੰ ਚੰਗਾ ਭਲਾ ਸੁੱਤਾ ਪੜ ਸਵੇਰੇ ਨਾ ਉੱਠਿਆ ਇੱਕ ਔਖੀ ਘੜੀ ਆਈ ਹੈ ਸਾਡੇ ਤੇ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਹੁਣ ਰਾਹਤ ਦਾ ਸਾ ਜਿਹੜਾ ਹੈ ਲੈ ਸਕਣਗੇ ਸੋਮਵਾਰ ਨੂੰ ਉਹਨਾਂ ਨੇ ਨਿਊਯਾਰਕ ਸਿਵਲ ਫਰਾਡ ਮਾਮਲੇ 'ਚ 17.5 ਕਰੋੜ ਡਾਲਰ ਦਾ ਜੁਰਮਾਨਾ ਅਦਾ ਕੀਤਾ ਹਾਲਾਂਕਿ 트੍ਰੰਪ ਨੇ 45.4 ਕਰੋੜ ਡਾਲਰ ਜਾਣੀ ਕਿ ਲਗਭਗ 29.46 ਅਰਬ ਰੁਪਏ ਦਾ ਜੁਰਮਾਨਾ ਅਦਾ ਕਰਨਾ ਸੀ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ 트੍ਰੰਪ ਨੇ 45.4 ਕਰੋੜ ਰੁਪਏ ਦੇ ਸਿਵਲ ਫਰਾਡ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਕੀਤੀ ਹੈ ਫਰਵਰੀ ਦੇ ਵਿੱਚ ਨਿਊਯਾਰਕ ਦੀ ਅਦਾਲਤ ਨੇ ਉਸ ਨੂੰ ਲਗਭਗ 35.5 ਕਰੋੜ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਸੀ ਜੋ ਹੁਣ ਵੰਦ ਕੇ 45.4 ਕਰੋੜ ਡਾਲਰ ਹੋ ਗਿਆ ਅਦਾਲਤ ਨੇ 트ੰਪ ਦੇ ਨਾਲ ਨਾਲ ਉਹਨਾਂ ਦੇ ਪੁੱਤਰਾਂ ਨੂੰ ਵੀ ਸਜ਼ਾ ਸੁਣਾਈ ਸੀ ਅਤੇ ਉਹਨਾਂ 'ਤੇ ਜੁਰਮਾਨਾ ਵੀ ਲਗਾਇਆ ਸੀ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਇੰਨੇ ਵੱਡੇ ਜੁਰਮਾਨੇ ਕਾਰਨ 트ੰਪ ਦੀ ਵਿੱਤੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਪਿਛਲੇ ਹਫਤੇ ਨਿਊਯਾਰਕ ਦੀ ਇੱਕ ਅਪੀਲ ਅਦਾਲਤ ਨੇ 45.4 ਕਰੋੜ ਰੁਪਏ ਦੇ ਜੁਰਮਾਨੇ ਵਿੱਚ ਕੁਝ ਰਾਹਤ ਦਿੰਦਿਆਂ ਰਕਮ ਨੂੰ ਘਟਾ ਕੇ 17.5 ਕਰੋੜ ਡਾਲਰ ਕੱਢ ਦਿੱਤੀ ਸੀ ਨਾਲ ਹੀ ਇਸ ਨੂੰ ਜਮ੍ਹਾਂ ਕਰਨ ਦੇ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ 트럼ਪ ਦੇ ਜੁਰਮਾਨੇ ਦੀ ਰਕਮ ਪੂਰੀ ਤਰ੍ਹਾਂ ਘਟਾਈ ਗਈ ਹੈ ਜੋ ਉਹਨਾਂ ਨੂੰ ਇਹ ਰਕਮ ਕਿਸ਼ਤ ਵਿੱਚ ਜਮ੍ਹਾਂ ਕਰਵਾਉਣੀ ਹੈ ਦੁਨੀਆ ਦੇ ਜ਼ਿਆਦਾਤਰ ਆਗੂਆਂ ਨੇ ਉਹਨਾਂ ਨੂੰ ਕਿਹਾ ਹੈ ਕਿ ਅਗਲੀਆਂ ਚੋਣਾਂ 'ਚ 트ੰਪ ਨੂੰ ਜਿੱਤਣ ਨਾ ਦਿਓ। ਉਹਨਾਂ ਨੂੰ ਡਰ ਹੈ ਕਿ ਇਸ ਨਾਲ ਉਹਨਾਂ ਦਾ ਲੋਕਤੰਤਰ ਖਤਰੇ 'ਚ ਪੈ ਜਾਏਗਾ। ਭਾਵੇਂ G20 ਸਿਖਰ ਸੰਮੇਲਨ ਹੋਏ ਜਾਂ ਕੋਈ ਹੋਰ ਮੌਕਾ ਹੋਵੇ, ਹਰ ਵਾਰ ਇਹੀ ਦੇਖਣ ਨੂੰ ਮਿਲਿਆ। ਇਹ ਗੱਲਾਂ ਕਈਆਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ। ਬਾਈਡਨ ਨੇ ਕਿਹਾ ਕਿ ਉਹ ਜੋ ਕਹਿ ਰਹੇ ਨੇ ਅਤਕਥਨੀ ਨਹੀਂ ਹੈ। ਦੁਨੀਆ ਦੇ ਲਗਭਗ ਸਾਰੇ ਆਗੂ ਮੈਨੂੰ ਇਹ ਗੱਲ ਕਹਿਣ ਦੇ ਲਈ ਇਕੱਲੇ ਨਾਲ ਗੱਲ ਕਰਨ ਦਾ ਬਹਾਨਾ ਲੱਭਦੇ ਨੇ। ਉਹਨਾਂ ਨੇ ਕਿਹਾ ਕਿ 트ੰਪ ਨੇ ਕਿਹਾ ਕਿ ਜਿਉ ਨਵੰਬਰ ਉਨਾ ਹਾਰ ਜਾਂਦੇ ਨੇ ਤਾਂ ਖੂਨ ਖਰਾਬਾ ਹੋਏਗਾ ਆਖਰ ਉਹਨਾਂ ਨੂੰ ਹੋਇਆ ਕੀ ਹੈ ਇਹ ਮੈਨੂੰ ਸਭ ਤੋਂ ਜ਼ਿਆਦਾ ਚਿੰਤਿਤ ਕਰਦਾ ਹੈ ਬਾਈਡਨ ਨੇ ਕਿਹਾ ਕਿ ਉਹ ਆਦਮੀ ਹੈ ਜਿਸ ਨੇ ਉਹਨਾਂ ਦੇਸ਼ਾਂ ਖਿਲਾਫ ਜੋ ਮਰਜ਼ੀ ਕਦਮ ਚੁੱਕਣ ਦੇ ਲਈ ਰੂਸ ਨੂੰ ਭੜਕਾਇਆ ਜਿਹੜੇ ਆਪਣੀ ਜੀਡੀਪੀ ਦਾ 2% ਦੀ ਰੱਖਿਆ ਤੇ ਖਰਚ ਨਹੀਂ ਕਰਦੇ ਇਸ ਦਰਮਿਆਨ ਬਾਈਡਨ ਵੱਲੋਂ ਕੈਂਪੇਨ ਮਹਿੰਮ ਸੰਭਾਲ ਰਹੀ ਟੀਮ ਨੇ ਨਿੱਕੀ ਹੈਲੀ ਦੇ ਹਮਾਇਤੀਆਂ ਨੂੰ ਲਲਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਉਹ ਰਿਪਬਲਿਕਨ ਦੀ ਦੌੜ ਤੋਂ ਹੀ ਹਾਲੇਚ ਬਾਹਰ ਹੋਏ ਨੇ ਟਰੰਪ ਦੀਆਂ ਟਿੱਪਣੀਆਂ ਨੂੰ ਵੱਖ-ਵੱਖ ਮਾਧਿਅਮ ਤੇ ਦਿਖਾਇਆ ਜਾ ਰਿਹਾ ਹੈ ਜੋ ਟਰੰਪ ਨਜ਼ਰ ਆ ਰਹੇ ਨੇ ਕਹਿੰਦੇ ਕਿ ਮੈਨੂੰ ਜਿੱਤਣ ਦੇ ਲਈ ਹੇਲੀ ਦੇ ਹਮਾਇਤੀਆਂ ਦੀਆਂ ਵੋਟਾਂ ਦੀ ਲੋੜ ਨਹੀਂ ਹੈ ਰਾਸ਼ਟਰਪਤੀ ਚੋਣਾਂ ਦੇ ਰਿਪਬਲਿਕਨ ਦੇ ਸੰਭਾਵਿਤ ਉਮੀਦਵਾਰ ਟਰੰਪ ਨੇ ਟਰੰਸ ਸੋਸ਼ਲ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਵਿੱਚ ਜੋ ਬਾਈਡਨ ਬੰਦਕ ਜੋ ਰਸਤੇ ਨਾਲ ਬੰਨੇ ਪਿਕਅਪ ਟਰੱਕ ਦੇ ਪਿੱਛੇ ਨਜ਼ਰ ਆ ਰਹੇ ਨੇ ਇਹ ਵੀਡੀਓ ਵਾਇਰਲ ਜਿਹੜੀ ਹੈ ਇਹ ਪੋਸਟ ਹੋਣ ਤੋਂ ਬਾਅਦ ਯਾਨੀ ਕਿ ਇਹ ਵੀਡੀਓ ਪੋਸਟ ਹੋਣ ਤੋਂ ਬਾਅਦ ਵਾਇਰਲ ਹੁੰਦੀ ਹੈ ਇਸ ਨੂੰ ਲੈ ਕੇ ਬਾਈਡਨ ਦੇ ਹਮਾਇਤੀਆਂ ਨੇ ਟਰੰਪ ਦੀ ਆਲੋਚਨਾ ਕੀਤੀ ਸੀ ਇਹ ਵੀਡੀਓ ਲੌਂਗ ਆਈਲੈਂਡ ਦੀ ਦੱਸੀ ਜਾਂਦੀ ਹੈ ਦਰਅਸਲ ਇਹ ਤਸਵੀਰ ਇੱਕ ਪਿਕਅਪ ਟਰੱਕ ਦੇ ਪਿੱਛੇ ਬਣੀ ਹੈ ਜਿਹੜਾ ਰਾਜਮਾਰਗ ਤੇ ਚੱਲਦਾ ਨਜ਼ਰ ਆ ਰਿਹਾ ਹੈ 트럼ਪ ਨੇ ਵਾਈਟ ਹਾਊਸ ਵਿੱਚ ਵਾਪਸੀ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਨਾਲ ਹੀ ਇਸ ਤਸਵੀਰ ਜ਼ਰੀਏ ਵਾਈਡਨ ਦੇ ਦੂਜੇ ਕਾਰਜਕਾਲ ਨੂੰ ਸਰਬਨਾਸ਼ਕਾਰੀ ਦੱਸਿਆ ਹੈ ਮੰਨਿਆ ਜਾਂਦਾ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿੱਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਦੇ ਲੰਬੀ ਉਡੀਕ ਦੇ ਸਮੇਂ ਕਾਰਨ 2023 ਦੇ ਵਿੱਚ ਖਫਤੇ 'ਚ ਔਸਤਨ 268 ਵਿਅਕਤੀਆਂ ਦੀ ਮੌਤ ਹੋ ਗਈ ਰਾਇਲ ਕਾਲਜ ਆਫ ਐਮਰਜੈਂਸੀ ਮੈਡੀਸਨ ਦੇ ਇੱਕ ਅਧਿਐਨ ਦੇ ਵਿੱਚ ਇਸ ਟਾ ਕਟਿਆ ਗਿਆ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਇਸ ਸਾਲ ਫਰਵਰੀ ਦੇ ਵਿੱਚ ਬ੍ਰਿਟਿਸ਼ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਇਲਾਜ ਕਰਾਉਣ ਦੇ ਲਈ 12 ਘੰਟਿਆਂ ਤੋਂ ਵੱਧ ਉਡੀਕ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 45000 ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਯੂਕੇ ਨੈਸ਼ਨਲ ਹੈਲਥ ਸਰਵਿਸ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਐਮਰਜੈਂਸੀ ਵਿਭਾਗਾਂ ਦੇ ਵਿੱਚ 1.5 ਮਿਲੀਅਨ ਤੋਂ ਵੱਧ ਮਰੀਜ਼ਾਂ ਨੇ 12 ਘੰਟੇ ਜਾਂ ਇਸ ਤੋਂ ਵੱਧ ਉਡੀਕ ਕੀਤੀ ਹੈ ਮਾਇਰਾਂ ਦਾ ਕਹਿਣਾ ਕਿ ਹਸਪਤਾਲ ਦੀ ਸਮਰੱਥਾ ਦੀ ਘਾਟ ਦਾ ਮਤਲਬ ਹੈ ਕੀ ਮਰੀਜ਼ ਲੋਡ ਤੋਂ ਵੱਧ ਸਮਾਂ ਰਹਿ ਰਹੇ ਨੇ ਤੇ ਐਮਰਜੈਂਸੀ ਵਿਭਾਗ ਦੇ ਸਟਾਫ ਦੇ ਦੁਆਰਾ ਦੇਖਭਾਲ ਜਾਰੀ ਹੈ ਮਰੀਜ਼ ਅਕਸਰ ਗਲਿਆਰਿਆਂ ਜਾਂ ਐਮਬੂਲੈਂਸਾਂ ਵਿੱਚ ਪਏ ਦੇਖੇ ਜਾਂਦੇ ਨੇ ਦੇਰੀ ਅਤੇ ਬਹੁਤ ਦਰ ਵਿਚਕਾਰ ਸਦਸਮਬੰਦ ਸਪਸ਼ਟ ਹੈ ਮਰੀਜ਼ਾਂ ਨੂੰ ਟਾਲਣ ਯੋਗ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਨ ਐਚ ਐਸ ਇੰਗਲੈਂਡ ਦਾ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਫਰਵਰੀ ਦੇ ਵਿੱਚ ਹਾਜ਼ਰੀ 8.6% ਤੇ ਐਮਰਜੈਂਸੀ ਦਾਖਲਿਆਂ ਚ 7.7% ਦੇ ਵਾਧੇ ਦੇ ਨਾਲ ਐਮਰਜੈਂਸੀ ਸੇਵਾਵਾਂ ਦੀ ਮੰਗ ਵਿੱਚ ਇੱਕ ਮਹੱਤਵਪੂਰਨ ਦਾ ਦੇਖਿਆ ਪਿਛਲੇ ਹਫਤੇ ਟੈਕਸਾਸ ਵਿੱਚ ਪ੍ਰੀਕੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ বাস ਨਾਲ ਟੱਕਰ ਮਾਰਨ ਵਾਲੇ ਇੱਕ ਕੰਕਰੀਟ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲੈਣ ਤੇ ਉਸ ਵੱਲੋਂ ਹਾਦਸੇ ਤੋਂ ਪਹਿਲਾਂ ਸ਼ਕੀਆ ਡਰੱਗ ਲੈਂਡ ਦੀ ਜਿਹੜੀ ਹੈ ਗਲ ਮੰਨ ਲੈਣ ਦੀ ਖਬਰ ਹੈ ਇਸ ਹਾਦਸੇ ਦੇ ਵਿੱਚ ਵਿਦਿਆਰਥੀ ਸਮੇਤ ਦੋ ਵਿਅਕਤੀ ਮਾਰੇ ਗਏ ਸੀ ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਟਾਮ ਗ੍ਰੀਨ ਐਲੀਮੈਂਟਰੀ ਸਕੂਲ ਦੇ ਪ੍ਰੀ ਕੇ ਸ਼੍ਰੇਣੀ ਦੇ 40 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਸਮੇਤ 51 ਵਿਅਕਤੀਆਂ ਨੂੰ ਲੈ ਕੇ ਬੱਸ ਸਟਾਪ ਜਿਹੜੀ ਹੈ ਬੱਸ ਸਟਾਪ ਕਾਉਂਟੀ ਦੇ ਇੱਕ ਜਿੜਿਆ ਘਰ ਤੋਂ ਵਾਪਸ ਪਰਤ ਰਹੀ ਸੀ ਹਾਦਸੇ ਉਪਰੰਤ ਜ਼ਖਮੀ ਹੋਏ 32 ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਸ ਹਾਦਸੇ ਦੇ ਵਿੱਚ ਵਿਦਿਆਰਥੀ 올ਿਸਸ ਤੇ 30 ਸਾਲ ਦਾ ਵਿਅਕਤੀ ਰિયાન ਦੀ ਮੌਤ ਹੋ ਗਈ ਸੀ ਗ੍ਰਫਤਾਰ ਕੀਤੇ ਡਰਾਈਵਰ 42 ਸਾਲਾ ਜ਼ਹਿਰੀ ਵਿਰੁੱਧ ਅਪਰਾਧਿਕ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਗਏ ਹਨ ਇਜ਼raਇਲੀ ਫੌਜ ਨੇ 2 ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਆਪਣੇ ਫੌਜੀਆਂ ਨੂੰ ਹਟਾ ਲਿਆ ਅਤੇ ਆਪਣੇ ਪਿੱਛੇ ਤਬਾਹੀ ਦੇ ਵੱਡੇ ਨਿਸ਼ਾਨ ਛੱਡ ਦਿੱਤੇ ਫਲਸਤੀਨੀ ਨਿਵਾਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਇਜ਼raਇਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਸੋਮਵਾਰ ਜ਼ਵੇਰੇ ਸੈਂਕੜੇ ਲੋਕ ਸ਼ਿਫਾ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ 'ਚ ਫੜਤ ਗਏ ਜਿੱਥੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਅਤੇ ਬਾਹਰ ਲਾਸ਼ਾਂ ਪਈਆਂ ਮਿਲੀਆਂ ਇਜ਼raਇਲੀ ਫੌਜ ਨੇ ਇਸ ਹਮਲੇ ਨੂੰ ਲਗਭਗ 6 ਮਹੀਨਿਆਂ ਦੀ ਲੜਾਈ ਵਿੱਚ ਸਭ ਤੋਂ ਸਫਲ ਦੱਸਿਆ ਅਤੇ ਕਹਿਆ ਕਿ ਉਸਨੇ ਸੈਂਕੜੇ ਹਮਾਸ ਅਤੇ ਹੋਰ ਅਤਵਾਦੀਆਂ ਨੂੰ ਮਾਰ ਦਿੱਤਾ ਅਤੇ ਕੁਝ ਮਹੱਤਵਪੂਰਨ ਖੁਫੀਆ ਦਸਤਾਵੇਜ਼ ਜ਼ਬਤ ਕੀਤੇ ਇਜ਼raਇਲੀ ਫੌਜ ਦੇ ਪਿੱਛੇ ਹਟਣ ਤੋਂ ਬਾਅਦ ਖੇਤਰ ਵਿੱਚ ਪਰਤੇ ਮੁਹੰਮਦ ਮਹਿਦੀ ਨੇ ਘਟਨਾ ਸਥਾਨ ਦੇ ਦਰਸ਼ ਨੂੰ ਪੂਰੀ ਤਬਾਹੀ ਦੱਸਿਆ ਉਹਨਾਂ ਨੇ ਕਿਹਾ ਕਿ ਕਈ ਇਮਾਰਤਾਂ ਸੜ ਗਈਆਂ ਨੇ ਉਹਨਾਂ ਨੇ ਇਲਾਕੇ ਵਿੱਚ 6 ਲਾਸ਼ਾਂ ਦੀ ਗਿਣਤੀ ਕੀਤੀ ਹੈ ਇਹਨਾਂ ਚੋਂ 2 ਲਾਸ਼ਾਂ ਹਸਪਤਾਲ ਦੇ ਵਿੜੇ ਵਿੱਚ ਪਈਆਂ ਨੇ ਇੱਕ ਹੋਰ ਨਿਵਾਸੀ ਜਾਇਆ ਅਬੂ ਆਫ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ ਮੈਡੀਕਲ ਕਰਨ ਚੱਰੀ ਅਤੇ ਵਿਸਥਾਪਿਤ ਲੋਕ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਨੇੜਲੇ ਆਲੀ ਹਸਪਤਾਲ ਲਜਾਇਆ ਗਿਆ ਉਹਨਾਂ ਨੇ ਕਿਹਾ ਕਿ ਫੌਜ ਦੇ ਬਲਡੋਜ਼ਰਾਂ ਨੇ ਹਸਪਤਾਲ ਦੇ ਅੰਦਰ ਇੱਕ ਅਸਥਾਈ ਕਬਰਸਤਾਨ ਢਾ ਦਤਾ ਪੈਟਰੋਲੀਅਮ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਂਦੇ 2 ਹਫ਼ਤੇ ਦੌਰਾਨ ਤੇਲ ਕੀਮਤਾਂ 10 ਸੈਂਟ ਪ੍ਰਤੀ ਲੀਟਰ ਦਾ ਹੋਰ ਵਾਧਾ ਹੋ ਸਕਦਾ ਹੈ ਇਹਨਾਂ ਦੇ ਵਿੱਚ ਟੋਰਾਂਟੋ ਅਤੇ ਜੀਟੀਏ ਦੇ ਗੈਸ ਸਟੇਸ਼ਨਾਂ ਤੇ ਸੋਮਵਾਰ ਨੂੰ ਗੈਸ ਤੋਂ ਲੈਣ ਦੀ ਕੀਮਤ 1. 63 ڈالر ਪ੍ਰਤੀ ਲੀਟਰ ਤੱਕ ਹੋ ਸਕਦੀ ਹੈ ਜੋ 21 ਮਾਰਚ ਦੇ ਅੰਕੜੇ ਤੋਂ ਵੀ ਟੱਪ ਜਾਏ ਹੋ ਸਕਦੀ ਹੈ ਜਦੋਂ ਗੈਸ ਨੇ 1.61 ڈالر ਪ੍ਰਤੀ ਲੀਟਰ ਦਾ ਪੱਧਰ ਛੋਇਆ ਗਿਆ ਸੀ ਸਤੰਬਰ 2023 ਤੋਂ ਬਾਅਦ ਪਹਿਲੀ ਵਾਰ ਤੇਲ ਕੀਮਤਾਂ ਵਿੱਚ ਇੰਨਾ ਵਾਧਾ ਦਰਜ ਕੀਤਾ ਗਿਆ 6 ਮਹੀਨੇ ਪਹਿਲਾਂ ਤੇਲ ਕੀਮਤਾਂ 1.74 ڈالر ਪ੍ਰਤੀ ਲੀਟਰ ਤੱਕ ਪੁੱਜ ਗਈਆਂ ਸਨ ਜਦਕਿ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਤੇਲ ਦਾ ਭਾਅ 2 ڈالر ਪ੍ਰਤੀ ਲੀਟਰ ਤੋਂ ਉੱਪਰ ਚਲਾ ਗਿਆ ਅਨਟਾਰੀਓ ਦੀ ਡੱਗਫੋਰਡ ਸਰਕਾਰ ਨੇ ਗੈਸ ਟੈਕਸ ਦੀ ਰਿਆਇਤ 31 ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਪਰ ਵਧਿਆ ਹੋਇਆ ਕਾਰਬਨ ਟੈਕਸ ਲੋਕਾਂ ਨੂੰ ਜ਼ਰੂਰ ਚੁਭ ਰਿਹਾ ਹੈ। ਬੀਤੇ ਦਿਨ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੇ ਇੱਕ 에ਅਰ ਹੋਸਟੈਸ ਨੂੰ ਟੋਰਾਂਟੋ ਕੈਨੇਡਾ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ ਅੰਤਰਰਾਸ਼ਟਰੀ ਯਾਤਰਾ ਲਈ ਯੋਗ ਨਾ ਹੋਣ ਵਾਲੇ ਪਾਸਪੋਰਟ ਬਰਾਮਦ ਕੀਤੇ ਗਏ ਨੇ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮਤਬਕ ਫਲਾਈਟ ਦੇ ਵਿੱਚ ਪੀਆਈਏ ਦੀ 에어 호ਸਟੈਸਟヒਨਾ ਆਸਾਨੀ ਦੇ ਨਾਲ ਚਾਲਕ ਦਲ ਦੇ 7 ਹੋਰ ਮੈਂਬਰ ਵੀ ਸਨ ਕੈਨੇਡੀਅਨ ਅਧਿਕਾਰੀਆਂ ਨੇ ਇਹਨਾਂ ਸਾਰੇ ਅਮਲੇ ਦੇ ਮੈਂਬਰਾਂ ਨੂੰ ਨੋ ਫਲਾਈ ਅਮਲੇ ਦੀ ਸੂਚੀ ਵਿੱਚ ਰੱਖਿਆ ਸੀ ਹਾਲਾਂਕਿ ਇਹਨਾਂ ਸਾਰੇ ਮੈਂਬਰਾਂ ਨੇ ਡੀਜੀ ਐਮ ਫਲਾਈਟ ਸਰਵਿਸਸ ਤੋਂ ਵਿਸ਼ੇਸ਼ ਆਕਿਆ ਲਈ ਸੀ ਜੋ ਕਿ ਨਿਸ਼ਚਿਤ ਨਿਯਮਾਂ ਦਾ ਹਵਾਲਾ ਸੀ 에어 호ਸਟੈਸਟ ਦੀ ਗ੍ਰਿਫਤਾਰੀ ਤੋਂ ਬਾਅਦ ਪੀਆਈਏ ਦੇ ਬੁਲਾਰੇ ਨੇ ਕਿਹਾ ਕਿ 에어ਲਾਈਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਅਸੀਂ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸਹਿਯੋਗ ਜਿਹੜਾ ਹੈ ਕਰ ਰਹੇ ਹਾਂ 에어ਲਾਈਨਾਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਬਚਨਵਾਦ ਨੇ ਕੈਨੇਡਾ 'ਚ ਫੜੀ ਗਈ 에어 호ਸਟੈਸ ਤਹਿਨਾਸਾਨੀ ਇਸ ਤੋਂ ਪਹਿਲਾਂ ਵੀ ਗੈਰ ਕਾਨੂੰਨੀ ਸਮਾਨ ਦੀ ਤਸਕਰੀ ਕਰਦੀ ਰਹੀ ਹੈ ਇਸ ਦੇ ਲਈ ਉਸ ਨੂੰ ਪਹਿਲਾਂ ਵੀ ਕੈਨੇਡਾ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਪੀਆਈਏ ਦਾ ਨਾਂ ਆਪਣੀ 에어 호ਸਟੈਸਾਂ ਦੇ ਕਾਰਨਾਮੇ ਕਾਰਨ ਕਮਾਂਤਰੀ ਪਦਰ ਤੇ ਖਰਾਬ ਹੋ ਚੁੱਕਾ ਹੈ ਪਿਛਲੇ ਮਹੀਨੇ ਪੀਆਏ ਦੀ 에어 호ਸਟੈਸ ਮਰੀਮ ਰਜ਼ਾ ਡਿਊਟੀ ਤੇ ਫਲਾਈਟ ਤੇ ਟੋਰਾਂਟੋ ਪਹੁੰਚੀ ਸੀ ਅਤੇ ਉਸਨੇ ਅਗਲੇ ਦਿਨ ਵਾਪਸ ਆਉਣਾ ਸੀ ਪਰ ਹੋਟਲ ਤੋਂ ਗਾਇਬ ਹੋ ਗਈ। ਇਸੇ ਤਰ੍ਹਾਂ 2022 ਦੇ ਵਿੱਚ ਵੀ ਇੱਕ 에어 호ਸਟੈਸ ਕੈਨੇਡਾ ਪਹੁੰਚ ਕੇ ਪਾਕਿਸਤਾਨ ਨਹੀਂ ਪਰਤੀ। ਫਰਾਂਸ ਵਿੱਚ ਇੱਕ ਹੋਰ 에어 호ਸਟੈਸ ਦੁਕਾਨ ਤੋਂ ਚੋਰੀ ਕਰਦੀ ਫੜੀ ਗਈ ਸੀ। ਭਾਰਤ ਤੇ ਅਮਰੀਕਾ ਦੀਆਂ ਤਿੰਨੇ ਸਨਾਵਾ ਵਿਚਾਲੇ 14 ਰੋਜ਼ਾ ਦੁਬੱਲਾ ਫੌਜੀ ਅਭਿਆਸ ਟਾਈਗਰ ਟ੍ਰਾਇੰਗ 24 ਸਮਾਪਤ ਹੋ ਗਿਆ 18 ਮਾਰਚ ਨੂੰ ਸ਼ੁਰੂ ਹੋਏ ਇਸ ਅਭਿਆਸ ਦਾ ਮਕਸਦ ਮਨੁੱਖੀ ਸਹਾਇਤਾ ਤੇ ਆਫਤ ਰਾਹਤ ਸੰਚਾਲਨ ਦੇ ਲਈ ਆਪਸੀ ਸਹਿਯੋਗ ਵਿਕਸਿਤ ਕਰਨਾ ਅਤੇ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਤੇਜ਼ੀ ਨਾਲ ਆਪਸੀ ਤਾਲਮੇਲ ਨੂੰ ਸਮਰੱਥ ਬਣਾਉਣਾ ਹੈ ਭਾਰਤੀ ਸੈਨਾ ਦੀ ਇੱਕ ਬਟਾਲੀਆ ਸਮੂਹ ਵਾਲੀ ਟੁਕੜੀ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨਾਲ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾ ਪਟਨਾਮ ਅਤੇ ਕਾਕੀਨਾਡਾ 'ਚ ਇਹਨਾਂ ਮਸ਼ਕਾਂ ਛੀਸਾਂ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਮਸ਼ਕਾਂ ਦਾ ਸਮਾਪਤੀ ਸਮਾਗਮ 3 ਮਾਰਚ ਨੂੰ ਯੂਐਸਐਸ ਸਮਰ ਸੱਟ ਤੇ ਕਰਵਾਇਆ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਬੰਦਰਗਾਹ ਗੇਟ 18 25 ਮਾਰਚ ਤੱਕ ਵਿਸ਼ਾਖਾਪਟਨਮ ਚ ਕਰਵਾਇਆ ਗਿਆ ਸੀ ਅਤੇ ਇਸ ਵਿੱਚ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਤੋਂ ਇਲਾਵਾ ਵਿਸ਼ਾ ਮਾਇਰਾਂ ਦੇ ਭਾਸ਼ਣ ਤੇ ਖੇਡ ਪ੍ਰੋਗਰਾਮ ਸ਼ਾਮਿਲ ਨੇ ਉਹਨਾਂ ਨੇ ਦੱਸਿਆ ਕਿ ਦੋਨਾਂ ਸਨਾਵਾਂ ਦੇ ਜਵਾਨਾਂ ਨੇ 25 ਮਾਰਚ ਨੂੰ Holi ਦਾ ਤਿਉਹਾਰ ਵੀ ਮਨਾਇਆ ਇਨਾਮਸ਼ਕਾਂ ਦਾ ਸਮੁੰਦਰੀ ਗੇੜ 26 ਤੋਂ 30 ਮਾਰਚ ਤੱਕ ਹੋਇਆ ਸੀ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਦੀਆਂ ਸਨਾਵਾਂ ਨੇ ਸਮੁੰਦਰੀ ਫੌਜੀ ਗਤੀਵਿਧੀਆਂ ਚ ਹਿੱਸਾ ਲਿਆ ਬਿਆਨ ਕੀਤਾ ਗਿਆ ਹੈ ਕਿ ਭਾਰਤੀ ਸੈਨਾ ਦੀ ਨਮਾਇੰਦਗੀ ਹਥਿਆਰਬੰਦ ਬਲਾਂ ਸਮੇਤ ਇੱਕ ਇਨਫੈਂਟਰੀ ਬਟਾਲੀਅਨਸ ਨੂੰ ਵੱਲੋਂ ਕੀਤੀ ਗਈ ਅਤੇ ਭਾਰਤੀ ਸੈਨਾ ਜਿਹੜੀ ਹੈ ਹਵਾਈ ਸੈਨਾ ਨੇ ਇੱਕ ਦਰਮਿਆਨ ਲਿਫਟ ਜਹਾਜ਼ ਆਵਾਜਾਈ ਹੈਲੀਕਾਪਟਰ ਅਤੇ ਰੈਪਿਡ ਐਕਸ਼ਨ ਮੈਡੀਕਲ ਟੀਮ ਤਾਇਨਾਤ ਕੀਤੀ ਸੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਿਛਲੇ 4 ਸਾਲਾਂ ਤੋਂ ਚੱਲ ਰਹੀ ਕਰੋਨਾ ਮਹਾਮਾਰੀ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਕੇਸਾਂ ਚਚਾਨਕ ਵਾਧਾ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਕਰੋਨਾ ਸੰਕਰਮਣ ਦੀ ਸਥਿਤੀ ਕਾਬੂ ਵਿੱਚ ਨਜ਼ਰ ਆ ਰਹੀ ਹੈ ਪਰ ਇਸ ਦਾ ਖਤਰਾ ਅਜੇ ਵੀ ਬਣਿਆ ਹੋਇਆ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਛੂਤ ਵਾਲੀ ਬਿਮਾਰੀ ਦੇ ਜੋਖਮਾਂ ਪ੍ਰਤੀ ਸਾਵਧਾਨ ਰਹੀਏ ਇਤਤਨ ਕਰੋਨਾ ਦੇ ਚੱਲ ਰਹੇ ਖਤਰੇ ਦੇ ਵਿਚਕਾਰ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇੱਕ ਹੋਰ ਗੰਭੀਰ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸਨੇ ਹਾਇਰਾਂ ਦੀ ਚਿੰਤਾ ਵਧਾ ਦਿੰਦੀ ਹੈ ਇਸ ਨੂੰ ਕਰੋਨਾ ਨਾਲੋਂ ਜ਼ਿਆਦਾ ਘਾਤਕ ਦੱਸਿਆ ਜਾਂਦਾ ਹੈ ਤੇ ਇਸ ਦੀ ਮੌਤ ਦਰ ਵੀ ਕਿਤੇ ਜ਼ਿਆਦਾ ਹੈ ਯੂ ਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਹਾਲ ਹੀ ਵਿੱਚ ਇੱਕ ਸਿਹਤ ਚੇਤਾਵਨੀ ਜਾਰੀ ਆਇਆ ਹੈ ਕਿ ਬਹੁਤ ਸਾਰੇ ਸ਼ਹਿਰਾਂ ਵਿੱਚ ਨਿਸੇਰੀਆ ਮੈਨੀਗੇਟੇਡਜ਼ ਬੈਕਟੀਰੀਆ ਕਾਰਨ ਗੰਭੀਰ ਬਿਮਾਰੀਆਂ ਤੇ ਹਸਪਤਾਲਾਂ ਦੀ ਭੀੜ ਚ ਵਾਧਾ ਹੋਇਆ ਇਹ ਬੈਕਟੀਰੀਆ ਦੀ ਲਾਗ ਮੈਨੀ ਗੋਕੋਲ ਨਾਮਕ ਬਿਮਾਰੀ ਦਾ ਕਾਰਨ ਬਣਦੀ ਹੈ 20 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੂੰ ਵਧੇਰੇ ਜੋਖਮ ਹੋ ਸਕਦਾ ਹੈ ਇਹ ਬਿਮਾਰੀ ਦਿਮਾਗ ਰੀੜ ਦੀ ਹੱਡੀ ਤੇ ਖੂਨ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਦੀ ਮੌਤ ਦਰ ਕਾਫੀ ਉੱਚੀ ਹੁੰਦੀ ਹੈ ਸੀਡੀਸੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਸੰਯੁਕਤ ਰਾਜ ਵਿੱਚ ਇਸ ਬਿਮਾਰੀ ਦੇ 422 ਮਾਮਲੇ ਦਰਜ ਕੀਤੇ ਗਏ ਸੀ ਜੋ 2014 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਸੀ ਇਕੱਲੇ ਇਸ ਹਫ਼ਤੇ ਤੱਕ ਅਮਰੀਕਾ 'ਚ ਸੰਕਰਮਣ ਦੇ 143 ਮਾਮਲੇ ਸਾਹਮਣੇ ਆਏ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਦਰਜ ਕੀਤੇ ਗਏ ਕੇਸਾਂ ਨਾਲੋਂ ਇਸ ਸਾਲ ਹੁਣ ਤੱਕ ਕਰੀਬ 60 ਵੱਧ ਮਾਮਲੇ ਸਾਹਮਣੇ ਆਏ ਨੇ ਸਿਹਤ ਮਾਇਰਾਂ ਦਾ ਕਹਿਣਾ ਹੈ ਕਿ ਬਿਮਾਰੀ ਬਹੁਤ ਖਤਰਨਾਕ ਹੈ ਇਸ ਨਾਲ 10 ਤੋਂ 15 ਫੀਸਦੀ ਮਰੀਜ਼ ਮਰ ਜਾਂਦੇ ਨੇ ਟਾਟਾ ਗਰੁੱਪ ਅਤੇ ਸਿੰਗਾਪੁਰ 에ਅਰਲਾਈਨਸ ਦੀ ਵਿਸਤਾਰਾ 에ਅਰਲਾਈਨਸ ਦੇ ਯਾਤਰੀਆਂ ਨੂੰ ਉਡਾਣਾ ਰੱਦ ਹੋਣ ਅਤੇ ਦੇਰੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਕੰਪਨੀ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਇੱਕ 에ਅਰਲਾਈਨ ਦੇ ਬੁਲਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਵਿਸਤਾਰਾ 에ਅਰਲਾਈਨਸ ਨੂੰ ਵੱਖ-ਵੱਖ ਸੰਚਾਲਨਾ ਕਰਕੇ ਉਡਾਣਾਂ ਰੱਦ ਕਰਨਾ ਅਤੇ ਉਡਾਣਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ 에어ਲਾਈਨਸ ਸਥਿਤੀ ਨੂੰ ਠੀਕ ਕਰਨ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਦਰਅਸਲ ਵਿਸਤਾਰਾ ਨੂੰ ਸੋਸ਼ਲ ਮੀਡੀਆ ਤੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਡਾਣਾਂ 'ਚ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀ ਸੋਸ਼ਲ ਮੀਡੀਆ ਤੇ ਪੋਸਟਾਂ ਰਾਹੀਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਕਈ ਯੂਜ਼ਰਸ ਨੇ ਪਿਛਲੇ ਕੁਝ ਦਿਨਾਂ 'ਚ ਫਲਾਈਟ ਵਿੱਚ 5-5 ਘੰਟੇ ਦੀ ਦੇਰੀ ਹੋਣ ਦੀ ਸ਼ਿਕਾਇਤ ਕੀਤੀ ਹੈ ਕਈ ਯਾਤਰੀ ਫਲਾਈਟ ਰੱਦ ਹੋਣ ਦੇ ਬਾਵਜੂਦ ਪੂਰਾ ਰਿਫੰਡ ਨਾ ਮਿਲਣ ਦੀ ਸ਼ਿਕਾਇਤ ਕਰ ਰਹੇ ਨੇ ਵਿਸਤਾਰਾ ਦੇ ਬੁਲਾਰੇ ਨੇ ਇੱਕ ਬਿਆਨ ਚ ਕਿ ਪਿਛਲੇ ਕੁਝ ਦਿਨਾਂ ਵਿਚ ਚਾਲਕ ਦਲ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਉਡਾਣਾਂ ਨੂੰ ਰੱਦ ਕਰਨਾ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਸਿੰਚੂ ਦਾ ਵਿਕਾਰ ਕਰਦੇ ਹਾਂ ਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਬੁਲਾਰੇ ਨੇ ਕਿਹਾ ਕਿ ਸਾਡੀ ਟੀਮ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘਟਾਉਣ ਦੇ ਲਈ ਕੰਮ ਕਰ ਰਹੀ ਹੈ ਇਸ ਲਈ ਅਸੀਂ ਫਲਾਈਟਾਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਸੀਂ ਆਪਣੇ ਨੈਟਵਰਕ ਵਿੱਚ ਲੜਿੰਦੀ ਕਨੈਕਟੀਵਿਟੀ ਨੂੰ ਯਕੀਨੀ ਬਣਾ ਸਕੀਏ ਵਿਸਥਾਰਾਂ ਤੇ ਬੁਲਾਰੇ ਨੇ ਦੱਸਿਆ ਕਿ B7879 ਡ੍ਰੀਮ ਲਾਈਨਰ ਅਤੇ A321 ਨਿਓ ਵਰਗੇ ਵੱਡੇ ਜਹਾਜ਼ਾਂ ਨੂੰ ਵੀ ਘਰੇਲੂ ਰੂਟਾਂ ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਯਾਤਰੀ ਦੀ ਉਡਾਣ ਭਰ ਸਕਣ 에어ਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਵਿਕਲਪਕ ਉਡਾਣਾਂ ਦੇ ਵਿਕਲਪਾਂ ਦੇ ਨਾਲ ਨਿਯਮ ਅਨੁਸਾਰ ਰਿਫੰਡ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਵਿਸਥਾਰਾ ਦੇ ਬੁਲਾਰੇ ਨੇ ਕਿਹਾ ਕਿ ਸਥਿਤੀ ਨੂੰ ਠੀਕ ਕਰਨ ਦੇ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਿਯਮਿਤ ਉਡਾਣਾਂ ਜਲਦੀ ਹੀ ਨਿਯਮਿਤ ਸਮਰੱਥਾ ਦੇ ਤਹਿਤ ਸੰਚਾਲਿਤ ਹੋਣਗੀਆਂ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਾਸ਼ਟ੍ਰੀਕਾਲ